ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਫਿਰ ਪ੍ਰੋਗਰਾਮ ਲੈ ਕੇ ਦੇਸ਼ ਪ੍ਰਦੇਸ਼ ਲਾਈਵ। ਅੱਜ ਵੀ ਐਕਸਪਰਟ ਨੂੰ ਸੱਦਾ ਦਿੱਤਾ ਗਿਆ ਜੀ, ਤੁਹਾਡੇ ਸਟੂਡੈਂਟ ਵੀਜ਼ਾ ਸੰਬੰਧੀ ਜਿਹੜੀ ਕੁਐਰੀਜ਼ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਵੀ ਐਕਸਪੀਰੀਅੰਸ ਜਿਹੜਾ ਉਹਨਾਂ ਦਾ ਹੈ ਉਹਨਾਂ ਸੰਬੰਧੀ ਉਹ ਕੋਸ਼ਿਸ਼ ਕਰਨਗੇ, ਹਰ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ, ਤੁਹਾਡੀ ਕੁਐਰੀਜ਼ ਦਾ ਜਵਾਬ ਦੇਣ। ਕੋਈ ਮਨ ਦੇ ਵਿੱਚ ਚੀਜ਼ ਐਸੀ ਜਿਹੜੀ ਸਮਝ ਨਹੀਂ ਆ ਰਹੀ ਤਾਂ ਉਹਨਾਂ ਦੇ ਨੰਬਰ ਚੱਲ ਰਹੇ ਨੇ, ਆਫਿਸਿਸ ਦੇ ਐਡਰੈਸ ਚੱਲ ਰਹੇ ਨੇ, ਉਹਨਾਂ 'ਚ ਵਿਜ਼ਿਟ ਕਰਕੇ ਨੰਬਰ 'ਤੇ ਕਾਲ ਕਰਕੇ ਵੀ ਜਿਹੜਾ ਆਪਣਾ ਰਾਬਤਾ ਕਾਇਮ ਕੀਤਾ ਜਾ ਸਕਦਾ, ਪ੍ਰੋਪਰ ਕੁਐਰੀ ਜਿਹੜੀ ਹੈ ਉਹ ਲਈ ਜਾ ਸਕਦੀ ਹੈ। ਅੱਜ ਜਿਹੜੇ ਐਕਸਪਰਟ ਮੇਰੇ ਨਾਲ ਮੌਜੂਦ ਨੇ, ਪਹਿਲੇ ਉਹਨਾਂ ਨਾਲ ਤੁਹਾਨੂੰ ਮਿਲਾ ਦਈਏ। ਉਹਨੇ ਜੀ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ, ਸਵਾਗਤ ਕਰਦੀ ਉਹਨਾਂ ਦਾ ਪਹਿਲਾਂ। ਪ੍ਰਦੀਪ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਇਹਨਾਂ ਦੇ ਆਫਿਸਿਸ ਬਾਰੇ ਵੀ ਦੱਸ ਦਵਾਂ। ਚੰਡੀਗੜ੍ਹ 'ਚ ਇਹਨਾਂ ਦਾ ਮੇਨ ਆਫਿਸ ਹੈ ਜੀ, ਉਸ ਤੋਂ ਬਾਅਦ ਅੰਬਾਲਾ, ਕਰਨਾਲ ਅਤੇ ਪਾਣੀਪਤ ਕੁਰੂਕਸ਼ੇਤਰ। ਸੋ ਇਹ ਹਰਿਆਣਾ ਦੀ ਜਿਹੜੀ ਮੇਨ ਬੈਲਟ ਆਪਣੀ ਦਿੱਲੀ ਤੱਕ ਹੈ, ਪ੍ਰੋਪਰਲੀ ਉੱਥੇ ਸਾਰੀ ਸਰਵਿਸਿਸ ਦਿੰਦੇ ਆ ਰਹੇ ਹੈ। ਕਾਫੀ ਲੰਬੇ ਸਮੇਂ ਤੋਂ ਸਾਡੇ ਸ਼ੋਅਜ਼ ਦੇ ਵਿੱਚ ਵੀ ਜੁੜਦੇ, ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ। ਅੱਜ ਖਾਸ ਕਰ ਇਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਨਿਊਜ਼ੀਲੈਂਡ ਬਾਰੇ ਅਤੇ USA ਬਾਰੇ ਆਪਾਂ ਡਿਸਕਸ ਕਰੀਏ, ਕਿਉਂਕਿ ਨਿਊਜ਼ੀਲੈਂਡ ਅਤੇ USA ਨੂੰ ਕਾਫੀ ਦੇਰ ਤੋਂ ਪ੍ਰਮੋਟ ਕਰਦੇ ਆ ਰਹੇ ਨੇ, ਕਾਫੀ ਬੱਚੇ ਵੀ ਇਹਨਾਂ ਨੇ ਭੇਜੇ ਆ। ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਕਿਹੜੇ ਬੱਚਿਆਂ ਨੂੰ ਵੀਜ਼ਾ ਮਿਲਦਾ ਹੈ, ਕਿਸ ਜਿਹੜੀਆਂ ਗਲਤੀਆਂ ਕਰਕੇ, ਕਿਹਨਾਂ ਗਲਤੀਆਂ ਕਰਕੇ ਜਿਹੜੀ ਰਿਜੈਕਸ਼ਨ ਆਉਂਦੀਆਂ ਨੇ, ਉਹ ਸਾਰਾ ਕੁਝ ਸ਼ੇਅਰ ਕਰਾਂਗੇ ਤਾਂ ਕਿ ਹੁਣ ਜਿਹੜੇ ਜਾਣ ਵਾਲੇ ਬੱਚੇ ਨੇ ਉਹਨਾਂ ਨੂੰ ਸਹੀ ਰਸਤਾ ਸਾਫ਼ ਦੇਖ ਸਕੇ। ਸੋ ਪਹਿਲੇ ਇੱਥੇ ਆਉਣਾ ਚਾਹੁੰਦਾ, ਜਦੋਂ ਆਪਾਂ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ, ਨਿਊਜ਼ੀਲੈਂਡ ਦੀ ਖਾਸ ਬੱਚੇ ਲਈ ਪਹਿਲਾ ਸਟੈਪ ਕੀ ਜ਼ਰੂਰੀ ਹੋ ਜਾਂਦਾ ਜਦੋਂ ਸੋਚ ਬਣਾਉਂਦਾ ਮੈਂ ਨਿਊਜ਼ੀਲੈਂਡ ਪੜ੍ਹਨ ਜਾਣਾ? ਦੇਖਿਏ, ਨਿਊਜ਼ੀਲੈਂਡ ਇੱਕ ਐਸਾ ਕੰਟਰੀ ਹੈ, ਅਗਰ ਆਪ ਉਸਕੀ ਸਾਈਟਸ ਵੀ ਦੇਖੋਗੇ ਤਾਂ ਉਸ ਪਰ ਲਿਖਾ ਹੈ ਲਿਵ ਸਟੱਡੀ ਐਟ ਸੈਟਲ, ਮਤਲਬ ਜੋ ਬੱਚਾ ਆਪਣੇ ਆਪ ਕੋ ਰੀਅਲੀ ਮੈਂ ਐਜ਼ ਸੂਨ ਐਜ਼ ਪੋਸੀਬਲ ਆਪਣੇ ਆਪ ਕੋ ਲਾਈਫ ਮੈਂ ਸੈੱਟ ਕਰਨਾ ਚਾਹਤਾ ਹੈ ਤਾਂ ਨਿਊਜ਼ੀਲੈਂਡ ਇੱਕ ਸੇਫੈਸਟ ਵੇ ਹੈ। ਰੀਜ਼ਨ ਬਿਹਾਈਂਡ ਦਿਸ, ਇੱਕ ਬੱਚਾ ਜੋ 12th ਪਾਸ ਹੈ ਉਸਕੋ ਮਿਨੀਮਮ 18 ਮਹੀਨੇ, ਮਤਲਬ 1.5 ਸਾਲ ਜਾਂ 2 ਸਾਲ ਪੜ੍ਹਨਾ ਹੈ, ਔਰ ਜੋ ਬੱਚੇ ਗ੍ਰੈਜੂਏਟ ਹੈ ਉਸਕੋ ਮਿਨੀਮਮ 1 ਈਅਰ ਪੜ੍ਹਨਾ ਹੈ। ਅਗਰ ਹਮ ਅਦਰਸ ਕੰਟਰੀ ਕੀ ਬਾਤ ਕਰੇ, ਜੈਸੇ USA ਕੀ ਬਾਤ ਕਰੇ, ਤੋ ਵਹਾਂ 4 ਸਾਲ ਪੜ੍ਹਨਾ ਹੈ ਮਿਨੀਮਮ, ਬੈਚਲਰਸ ਮਾਸਟਰ 2 ਸਾਲ, ਵਹੀ ਕੈਨੇਡਾ ਕੀ ਬਾਤ ਹੈ 2 ਸੇ 3 ਸਾਲ, ਅਗਰ ਆਸਟ੍ਰੇਲੀਆ ਕੀ ਬਾਤ ਕਰੇ ਤੋ ਆਸਟ੍ਰੇਲੀਆ ਮੇਂ ਵੀ 3 ਸਾਲ, ਔਰ ਮਾਸਟਰਸ ਕੇ ਲਿਏ 2 ਸਾਲ। ਯਹਾਂ 3 ਸੇ 4 ਸਾਲ ਪੜ੍ਹਨਾ ਦੂਸਰੇ ਕੰਟਰੀਜ਼ ਮੇਂ ਯਾ ਮਾਸਟਰਸ ਕੀ 2 ਸਾਲ ਹੈ, ਲੇਕਿਨ ਯਹਾਂ ਪੇ ਨਿਊਜ਼ੀਲੈਂਡ ਮੇਂ ਸਿਰਫ ਐਂਡ ਸਿਰਫ ਜੋ ਬੱਚੇ 12th ਪਾਸ ਉਨਕੋ 18 ਮੰਥ 1.5 ਸਾਲ, ਔਰ ਜੋ ਬੱਚੇ ਗ੍ਰੈਜੂਏਟਸ ਹੈ ਉਨਕੋ 1 ਸਾਲ ਪੜ੍ਹਨਾ ਹੋਤਾ ਹੈ। ਇਸ ਸਟੱਡੀ ਕੇ ਦੌਰਾਨ ਬੱਚੇ ਕੋ 20 ਘੰਟੇ ਪਰ ਵੀਕ ਕਾਮ ਕਰਨੇ ਕੀ ਪਰਮਿਸ਼ਨ ਹੋਤੀ ਹੈ, ਔਰ ਵੈਕੇਸ਼ਨ ਜੋ ਛੁੱਟੀਆਂ ਆਤੀ ਹੈ ਤਕਰੀਬਨ ਸਾਲ ਮੇਂ 4 ਮਹੀਨੇ ਕੀ ਛੁੱਟੀਆਂ ਪੜ ਜਾਤੀ ਹੈ, ਉਸਮੇਂ ਸਟੂਡੈਂਟਸ ਕੈਨ ਡੂ ਫੁੱਲ ਟਾਈਮ ਕਾਮ ਕਰ ਸਕਦਾ ਤਕਰੀਬਨ 8 ਘੰਟੇ ਡੇਲੀ, ਔਰ ਜੋ ਸਟੱਡੀ ਕੰਪਲੀਟ ਕਰਨੇ ਕੇ ਬਾਅਦ ਬੱਚੇ ਕੋ 1 ਸਾਲ ਕਾ ਗ੍ਰੈਜੂਏਟ ਜੋਬ ਸਰਚ ਵੀਜ਼ਾ ਮਿਲਤਾ ਹੈ। ਉਸ ਗ੍ਰੈਜੂਏਟ ਜੋਬ ਸਰਚ ਵੀਜ਼ਾ ਮੈਂ ਅਗਰ ਬੱਚੇ ਕੇ ਪਾਸ ਰਿਲੀਵੈਂਟ ਜੋਬ ਹੋਤੀ ਹੈ ਤੋ ਰਿਲੀਵੈਂਟ ਜੋਬ ਮਿਲਤੇ ਹੀ ਬੱਚੇ ਕੋ 2 ਸਾਲ ਕਾ ਵੀਜ਼ਾ ਔਰ ਐਕਸਟੈਂਡ ਹੋ ਜਾਤਾ ਹੈ, ਉਸਕੋ ਬੋਲਤੇ ਹੈ ਗ੍ਰੈਜੂਏਟ ਵਰਕ ਐਕਸਪੀਰੀਅੰਸ ਵੀਜ਼ਾ, ਔਰ ਉਸਮੇਂ ਬੱਚਾ ਆਪਣਾ ਐਜ਼ ਪਰ ਦਾ ਐਮਬੈਸੀ ਵੈਬਸਾਈਟਸ ਬੱਚਾ ਆਪਣੀ PR ਅਪਲਾਈ ਵੀ ਕਰ ਸਕਦਾ ਹੈ। ਤੋ ਮਤਲਬ ਬਹੁਤ ਸੇਫੈਸਟ ਔਰ ਜਲਦੀ ਇੱਕ ਰਸਤਾ ਹੈ ਨਿਊਜ਼ੀਲੈਂਡ। ਜੈਸੇ ਆਪਣੇ ਪਾਲਿਸੀ ਕੀ ਬਾਤ, ਸਟੱਡੀ ਵਰਕ ਸੈਟਲ, ਇੱਥੇ ਤੱਕ ਪਹੁੰਚਣ ਨੂੰ ਪਹਿਲੇ ਵੀਜ਼ਾ ਲੈਣਾ ਪੈਣਾ ਜੀ ਜੀ, ਵੀਜ਼ੇ ਲਈ ਸਹੀ ਕੈਰੀਅਰ ਕਾਉਂਸਲਿੰਗ ਲੈਣੀ ਪੈਣੀ ਹੈ, ਇੱਕ ਸਹੀ ਕੰਸਲਟੈਂਟ ਦੀ ਚੋਣ ਕਰਨੀ ਪੈਣੀ ਹੈ। ਪ੍ਰਦੀਪ, ਅੱਜ ਜਦੋਂ ਨਿਗਾਹ ਮਾਰਦੇ ਨਾ, ਹਰ ਕੋਈ ਆਪਣੇ ਆਪ ਨੂੰ ਨਿਊਜ਼ੀਲੈਂਡ ਦਾ ਐਕਸਪਰਟ ਕਹਿੰਦਾ, ਉਹ ਸਟੂਡੈਂਟ ਜਿਹਨੇ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਇਸ ਲਾਈਨ ਦੇ ਵਿੱਚ ਨਵਾਂ, ਉਹ ਕਿਵੇਂ ਜੱਜ ਕਰੇਗਾ ਬਾਕੀ ਜਿਹਦੇ ਕੋਲ ਮੈਂ ਜਾ ਰਿਹਾ ਉਹ ਕੰਸਲਟੈਂਟ ਸਹੀ ਹੈ ਨਹੀਂ ਹੈ, ਉਹਨੇ ਪਾਸਟ ਕੋਈ ਕੰਮ ਕੀਤਾ ਨਹੀਂ ਕੀਤਾ? ਕਿਉਂਕਿ ਐਸੀਆਂ ਗਲਤੀਆਂ ਬਹੁਤ ਨੇ, ਬੱਚਿਆਂ ਨੂੰ ਕਨਵਿੰਸ ਕਰ ਲਿਆ ਜਾਂਦਾ ਵੀ ਅਸੀਂ ਟ੍ਰੇਨਡ ਏਜੰਟ ਆ, ਜਦਕਿ ਖੁਦ ਉਹਨਾਂ ਦੇ ਟਾਈ ਅਪ ਵੀ ਨਹੀਂ ਹੁੰਦੇ। ਬੱਚਾ ਕਿਵੇਂ ਜੱਜ ਕਰੇਗਾ, ਪਹਿਲਾ ਸਟੈਪ ਤਾਂ ਉਹਦਾ ਕੰਸਲਟੈਂਟ ਚੂਜ਼ ਕਰਨ ਤੱਕ ਰਹਿੰਦਾ। ਦੇਖਿਏ, ਯਹਾਂ ਪੇ ਸਟੂਡੈਂਟਸ ਕੋ ਦੇਖਣਾ ਹੋਗਾ, ਪਹਿਲੇ ਬਾਤ ਸਟੂਡੈਂਟਸ ਕੋ ਖੁਦ ਕੇ ਰਿਸਰਚ ਕਰਨੇ ਹੋਣਗੇ, ਲਾਈਕ ਵੋ ਇੰਟਰਨੈਟ ਪੇ ਜਾ ਕੇ ਇਮੀਗ੍ਰੇਸ਼ਨ ਕੀ ਵੈਬਸਾਈਟ ਔਰ ਨਿਊਜ਼ੀਲੈਂਡ ਕਾ ਵੀਜ਼ਾ ਪ੍ਰੋਸੈਸ, ਇਹ ਸਾਰੀ ਚੀਜ਼ਾਂ ਫਾਈਂਡ ਆਊਟ ਕਰ ਸਕਤਾ ਹੈ। ਦੂਸਰੀ ਬਾਤ, ਅਗਰ ਮੈਂ ਆਪਣੀ ਬਾਤ ਕਰੂੰ ਤਾਂ ਮੈਂ ਖੁਦ ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ ਹੂੰ, ਲੋਕ ਵੀ ਬੋਲਤੇ ਹੋਣਗੇ ਲੇਕਿਨ ਮੈਂ ਹੂੰ। ਤੋ ਅਗਰ ਇੱਕ ਬੱਚੇ ਕੋ ਦੇਖਣਾ ਹੈ ਤਾਂ ਉਸ ਪਹਿਲੇ ਉਹ ਸਰਟੀਫਿਕੇਟ ਦੇਖੇ ਕਿ ਯੈਸ ਦਿਖਾਓ ਜੀ ਕੌਣ ਸਾ ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ ਹੋ ਆਪ। ਤੋ ਵੀ ਹੈਵ ਦਾ ਸਰਟੀਫਿਕੇਸ਼ਨ ਕਿ ਵੀ ਆਰ ਦਾ ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ। ਦੂਸਰੀ ਬਾਤ, ਬੱਚੇ ਔਰ ਬੱਚੇ ਕੇ ਪੇਰੈਂਟਸ
इतने तो कोई भी आज की डेट में पागल नहीं है। अगर बच्चा चाहे तो वो जज कर सकता है, जब किसी कंसल्टेंट से या उसके काउंसलर से बात होती है तो वो देख, बच्चे को जो सबसे बड़ी बात चीज देखनी है कहीं पैसे का मैटर तो नहीं आ रहा, जी पैसे दो मैं कर दूंगा, ये तो सबसे बड़ी बात है, वहां पे होना ही होना है। कोई 200% या 100% गारंटी तो नहीं देता, गारंटी कौन देगा, चाहे गोड दे सकता है या फ्रॉड दे सकता है, तो ये चीज बच्चे को देखनी पड़ेगी। तीसरी बात ये आती है कि जब बच्चा उससे बात कर रहा है कंसल्टेंट से या उसके काउंसलर से, तो कहीं ना कहीं बच्चे को पता लग जाएगा यार ये झूठ बोल रहा है तो नहीं बोल रहा, अगर झूठ बोल रहा है तो पता लगेगा कितनी लंबी लंबी फेंक रहा है। तो ये कई चीजें हैं, बच्चे को एक तो रिसर्च करें, उसके बाद किसी भी कंसल्टेंट्स के पास ज्वाइन करने से पहले 2-3 कंसल्टेंट्स के पास जाए, बात करे, पता लगे, ठीक है। दूसरा अपने रिसर्च करे, तीसरा ये सारी चीजें देखे कि उसने कितने पास्ट में वीजे लगवाए हैं, उसके सर्टिफिकेशन क्या है, उसको नॉलेज कितना है, इन सब चीजों को देख के कहीं ना कहीं बच्चा फ्रॉड से किस कार से बच सकता है। ਪਹਿਲਾ ਸਟੈਪ ਜਿਹੜਾ ਹਮੇਸ਼ਾ ਜੀ ਗੱਲ ਕਰਦੇ ਹਾਂ ਕੰਸਲਟੈਂਟ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਕਿ ਪ੍ਰਦੀਪ ਜੀ ਨੇ ਦੱਸਿਆ, ਜਦ ਤੱਕ ਬੱਚਾ ਖੁਦ ਅਵੇਅਰ ਨਹੀਂ ਹੈ, ਆਪਣੀ ਇੱਕ ਰਿਸਰਚ ਨਹੀਂ ਕਰਦਾ ਜਾਂ ਆਪਣਾ ਹੋਮਵਰਕ ਨਹੀਂ ਕਰਦਾ, ਤਦ ਤੱਕ ਉਹਨੂੰ ਨਹੀਂ ਪਤਾ ਲੱਗੇਗਾ ਮੈਂ ਕਿਹੜੇ ਸਵਾਲ ਕਰਨੇ ਨੇ ਜਾਂ ਜਜਮੈਂਟ ਕਿਵੇਂ ਹੋਏਗੀ। ਸੋ ਆਪਣੇ ਤੁਹਾਡੇ ਫਿਊਚਰ ਦਾ ਸਵਾਲ ਹੈ, ਤੁਸੀਂ ਅੱਗੇ ਉਹਦੇ ਤੱਕ ਸਵਾਲ ਕਰ ਸਕਦੇ ਹੋ ਵੀ ਜੇ ਮੈਨੂੰ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਐਕਸਪੀਰੀਅੰਸ ਕੀ ਹੈ, ਪਾਸਟ ਵੀਜ਼ਾਸ ਕਿਹੜੇ ਕਿਹੜੇ ਆਏ ਨੇ ਮੈਨੂੰ ਉਹ ਦਿਖਾ ਦਿਓ, ਆਪਣੀ ਜਿਹੜੀ ਤੁਹਾਡੀ ਆਥੋਰਾਈਜੇਸ਼ਨ ਹੈ ਜਾਂ ਜਿਹੜਾ ਤੁਸੀਂ ਕਾਲਜ ਦੱਸ ਰਹੇ ਹੋ ਉਹਦਾ ਸਰਟੀਫਿਕੇਟ ਮੈਨੂੰ ਦਿਖਾ ਦਿਓ, ਤੁਹਾਡੇ ਕੋਲ ਡਾਇਰੈਕਟ ਹੈ ਨਹੀਂ ਹੈ, ਤੁਹਾਡਾ ਟਾਈਅਪ ਕੀ ਹੈ। ਇਹ ਸਵਾਲ ਜਦ ਤੱਕ ਨਹੀਂ ਹੁੰਦੇ ਤਦ ਤੱਕ ਮਿਸ ਗਾਈਡੈਂਸ ਜਿਹੜੀ ਹੈ ਕ੍ਰੀਏਟ ਹੁੰਦੀ ਰਹੇਗੀ। ਸੈਕਿੰਡਲੀ, ਹੁਣ ਜਦੋਂ ਅਸੀਂ ਕੰਸਲਟੈਂਟ ਕੋਲ ਵਿਜ਼ਿਟ ਕਰ ਲਿਆ, ਉਹ ਕੰਸਲਟੈਂਟ ਵਧੀਆ ਹੈ ਨਹੀਂ ਹੈ ਉਹਦੀ ਵੀ ਚੋਣ ਕਰਨੀ ਹੈ, ਉਸ ਤੋਂ ਬਾਅਦ ਉਹ ਜਿਹੜਾ ਸਾਨੂੰ ਕੋਰਸ ਦੇ ਰਿਹਾ ਉਹ ਵਾਕਈ ਹੀ ਕਿਸ ਕਾਲਜ ਦੇ ਵਿੱਚ ਦੇ ਰਿਹਾ, ਉਹ ਜਿਹੜਾ ਮੇਨ ਇੰਪੋਰਟੈਂਟ ਹੋ ਜਾਂਦਾ, ਕੋਰਸ, ਕਾਲਜ, ਕੰਟਰੀ, ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਹੁਣ ਇਹਨੂੰ ਚੂਜ਼ ਕਿਵੇਂ ਕਰਨਾ ਹੈ, ਆਪਣੇ ਬੈਂਡ ਮੁਤਾਬਿਕ ਕਰਨਾ, ਆਪਣੇ ਸਕੋਰ ਮੁਤਾਬਿਕ, ਆਪਣੇ ਇੰਟਰਸਟ ਮੁਤਾਬਿਕ, ਇਹ ਕਿਸ ਤਰ੍ਹਾਂ ਡਿਸੀਜ਼ਨ ਹੋਣਾ ਚਾਹੀਦਾ ਇੱਕ ਬੱਚੇ ਦਾ ਜਿਹਨੇ ਫਿਊਚਰ ਵਧੀਆ ਬਣਾਉਣਾ, ਕੀ ਕਹਿਣਾ? ਦੇਖੀਏ, ਯਹਾਂ ਪੇ ਜੈਸੇ ਕਾਲਜ ਕੀ ਬਾਤ ਕਰੇ, ਹਮ ਪਹਿਲੇ ਕਾਲਜ ਕੀ ਬਾਤ ਕਰੇਂਗੇ, ਜੈਸੇ ਪਾਸਟ ਮੈਂ ਯੂਕੇ ਮੈਂ ਹੁਆ ਥਾ ਕਾਲਜ ਬੰਦ ਹੋ ਗਏ ਥੇ, ਆਸਟ੍ਰੇਲੀਆ ਮੈਂ ਪਿੱਛੇ ਹੁਆ ਥਾ ਕਿ ਕਾਲਜ ਬੰਦ ਹੋ ਗਏ ਥੇ, ਲੇਕਿਨ ਆਸਟ੍ਰੇਲੀਆ ਮੈਂ ਐਸਾ ਥਾ ਕਿ ਵਹਾਂ ਕੀ ਗਵਰਨਮੈਂਟ ਨੇ ਬੱਚੋਂ ਕੋ ਪੈਸੇ ਵਾਪਸ ਕਰਾਏ, ਲੇਕਿਨ ਯੂਕੇ ਮੈਂ ਐਸਾ ਨਹੀਂ ਹੁਆ। ਨਿਊਜ਼ੀਲੈਂਡ ਮੈਂ ਐਸਾ ਵੀ ਅਗਰ ਕੋਈ ਕਾਲਜ ਬੰਦ ਹੋਤਾ ਹੈ ਤੋ ਵਹਾਂ ਕੀ ਗਵਰਨਮੈਂਟ ਇਸ ਚੀਜ਼ ਕੇ ਲੀਏ ਰਿਸਪੋਂਸਿਬਲ ਹੈ। ਦੂਸਰੀ ਵਾਰ ਸਟੂਡੈਂਟਸ ਕੋ ਦੇਖਣਾ ਹੋਗਾ ਕਿ ਭਈ ਵੋ ਕਾਲਜ ਕੌਨ ਸੀ ਕੈਟੇਗਰੀ ਮੈਂ ਆਤਾ ਹੈ, ਕਿਉਂਕਿ ਯਹਾਂ ਪੇ ਐਨਜਰਕਿਊ ਹੈ, ਐਨਜਰਕਿਊ ਸੇ ਸਾਰੇ ਕਾਲਜ ਐਫੀਲੇਟਡ ਹੈ, और यूनिवर्सिटी जो होती है वो यूनिवर्सिटी चांसलर से एफिलेटेड होती है, और जो कॉलेजेस होते हैं वो एनजेडक्यूए से एफिलेटेड होते हैं। एनजेडक्यूए का मतलब है न्यूजीलैंड क्वालिफिकेशन अथॉरिटी, मतलब साल, दो साल, तीन साल में हर कॉलेज की असेसमेंट होती है, उस असेसमेंट के हिसाब से एनजेडक्यूए कॉलेज की कैटेगरी डिसाइड करता है। जो कैटेगरी वन है, कैटेगरी वन वो वास्तव में बहुत अच्छे हैं, वो हाईली कॉन्फिडेंट होते हैं, उसके बाद कैटेगरी टू होती है, कैटेगरी थ्री होती है। तो मैं सजेस्ट करूंगा जो भी बच्चा बाहर जाए वो कैटेगरी वन में जाए, कैटेगरी वन का मतलब वो हाईली कॉन्फिडेंट है, उसके डूबने के चांसेस कम है। कैटेगरी वन आपां तां गल करदे ने जिहड़े प्रदीप जी भी कैटेगरी वन दे विच जाओ, गवर्नमेंट ऑथराइज्ड दे विच जाओ, ਬਟ ਬੱਚੇ ਜਦੋਂ ਜਾ ਕੇ ਕੋਰਸਿਸ ਪੁੱਛਦੇ ਨੇ, ਕਾਲਜ ਪੁੱਛਦੇ ਨੇ, ਉਹਨਾਂ ਨੂੰ ਕਾਫੀ ਇਹ ਕਹਿ ਕੇ ਨਹੀਂ ਜੀ ਉਹ ਤਾਂ ਬਹੁਤ ਮਹਿੰਗਾ, ਇਹ ਸਸਤਾ, ਤੁਸੀਂ ਇੱਥੇ ਚਲੇ ਜਾਓ, ਸੇਮ ਕੁਆਲਿਟੀ ਹੈ, ਸੇਮ ਕੰਟਰੀ ਦੇ ਵਿੱਚ ਤੁਸੀਂ ਜਾਣਾ, ਇੱਦਾਂ ਜਦੋਂ ਗੱਲਾਂ ਕਰਕੇ ਭਰਮਾਇਆ ਜਾਂਦਾ, ਉਸ ਚੀਜ਼ ਦਾ ਬੱਚੇ ਨੂੰ ਨੁਕਸਾਨ ਕੀ ਹੈ? ਦੇਖੀਏ, ਮੋਸਟਲੀ ਏਜੰਟਸ ਹੈ, ਕੰਸਲਟੈਂਟ, ਜੈਸੇ ਆਪਕੀ ਬਾਤ ਸੱਚ ਹੈ, ਇੱਕ ਦੋ ਕਾਲਜ ਕੋ ਲੈ ਕੇ ਬੈਠੇ ਹੁੰਦੇ ਜੀ ਬਿਲਕੁਲ, ਔਰ ਉਸਕੋ ਬੋਲਤੇ ਹੈ ਕਿਉਂਕਿ ਉਨਸੇ ਕਮਿਸ਼ਨ ਉਨ ਕਿਸੇ ਅੱਛਾ ਆਤਾ ਹੈ, ਤੋ ਬੋਲਤੇ ਨਹੀਂ ਜੀ ਇੱਕ ਕਾਲਜ ਅੱਛਾ ਹੈ, ਸਭਸੇ ਬੜੀਆ ਹੈ, ਸਭ ਕੁਛ ਯਹੀ ਹੈ। ਤੋ ਇਸ ਟਾਈਮ ਮੈਂ ਅਗਰ ਕੋਈ ਸਟੂਡੈਂਟਸ ਕੋ ਯਹਾਂ ਦੇਖਣਾ ਚਾਹੀਏ ਕਿ ਯਹਾਂ ਕੋਈ ਦਲ ਮੇ ਕਾਲਾ ਤੋ ਨਹੀਂ ਹੈ, ਬਾਰ ਬਾਰ ਇਸੀ ਕੀ ਚੀਜ਼ ਪੇ ਕਿਉਂ ਬੋਲ ਰਹਾ ਹੈ, ਅਗਰ ਕੋਈ ਬੱਚਾ ਹਮਾਰੇ ਪਾਸ ਆਤਾ ਹੈ ਤਾਂ ਹਮ ਤਕਰੀਬਨ ਸਾਰੇ ਵਾਈਡ ਆਪਸ਼ਨਸ ਦੇ ਕੇ ਚਲਤੇ ਹੈ, ਹਮ ਗਵਰਨਮੈਂਟ ਕਾਲਜ ਯੂਨੀਵਰਸਿਟੀਜ਼ ਵੀ ਔਰ ਪ੍ਰਾਈਵੇਟ ਕਾਲਜ ਵੀ, ਹਰ ਕਿਸੀ ਕੋ ਰਿਪ੍ਰੈਜ਼ੈਂਟ ਕਰਤੇ ਹੈ, ਤੋ ਬੱਚੇ ਕੇ ਸਾਹਮਣੇ 50 ਆਪਸ਼ਨਸ ਹੋਤੇ ਹੈ, ਬਟ ਆਪ ਯਹਾਂ ਵੀ ਜਾ ਸਕਤੇ ਹੋ, ਯਹਾਂ ਵੀ ਜਾ ਸਕਤੇ ਹੋ, ਯਹਾਂ ਵੀ ਜਾ ਸਕਤੇ ਹੋ, ਬਿਲਕੁਲ ਜਿਹੜੀ ਆਪਸ਼ਨਸ ਨੇ ਉਹ ਬੱਚੇ ਅੱਗੇ ਛੱਡ ਦਿੱਤੇ ਜਾਣ, ਇਹ ਆਪਸ਼ਨਸ ਨੇ ਡੈਫੀਨਟਲੀ। ਸੋ ਬਿਲਕੁਲ ਸਹੀ ਗੱਲ ਹੈ ਪ੍ਰਦੀਪ ਜੀ ਦੀ, ਐਕਸਪੀਰੀਅੰਸ ਕੰਸਲਟੈਂਟ ਜਦੋਂ ਨਾਲ ਜੁੜਦੇ ਨੇ ਤਾਂ ਇਹ ਫਾਇਦਾ ਹੁੰਦਾ, ਜਦੋਂ ਇੱਕੋ ਹੀ ਜਗ੍ਹਾ ਤੇ ਬੱਚੇ ਨੂੰ ਕਨਵਿੰਸ ਕਰਨ ਤੇ ਪ੍ਰੈਸ਼ਰ ਕੀਤਾ ਜਾ ਰਿਹਾ ਵੀ ਆਹ ਕਾਲਜ ਹੈ ਜੀ, ਆਹ ਕੋਰਸ ਹੈ ਜੀ, ਇੱਥੇ ਚਲੇ ਜਾਓ, ਸੋਚਣਾ ਚਾਹੀਦਾ ਕਿਉਂ ਇੱਕ
ਉਹਨੂੰ ਹੋਰ ਪੁੱਛਣਾ ਚਾਹੀਦਾ ਜਿਵੇਂ ਪ੍ਰਦੀਪ ਜੀ ਨੇ ਦੱਸਿਆ ਸਾਡੇ ਕੋਲ ਕੋਈ ਬੱਚਾ ਆਉਂਦਾ ਜਿਵੇਂ ਨਿਊਜ਼ੀਲੈਂਡ ਐਜੂਕੇਸ਼ਨ ਟ੍ਰੇਨਡ ਏਜੰਟ ਨੇ ਤਾਂ ਉਹਨੂੰ ਸਾਰੀਆਂ ਜਿਹੜੀਆਂ ਪਾਸਟ ਉਹਦੇ ਲਈ ਆਪਸ਼ਨਸ ਨੇ ਉਹ ਪ੍ਰੋਪਰਲੀ ਉਹਦੇ ਅੱਗੇ ਰੱਖੀਆਂ ਜਾਂਦੀਆਂ ਵੀ ਤੂੰ ਇੱਥੇ ਵੀ ਜਾ ਸਕਦਾ ਆਹ ਕੋਰਸ ਆ ਇੱਥੇ ਵੀ ਜਾ ਸਕਦਾ ਆਹ ਕੋਰਸ ਕਰ ਸਕਦਾ ਇੱਕ ਪ੍ਰੋਪਰਲੀ ਜਿਹਨੂੰ ਕਹੀਏ ਕੈਰੀਅਰ ਕਾਉਂਸਲਿੰਗ ਦੇਣ ਦੀ ਕੋਸ਼ਿਸ਼ ਰਹਿੰਦੀ ਹੈ ਬਜਾਏ ਕਿ ਸਿਰਫ ਇੱਕ ਵੀਜ਼ਾ ਲਵਾਉਣ ਤੱਕ ਦਾ ਜਿਹੜਾ ਪ੍ਰੈਸ਼ਰ ਬੱਚੇ ਨੂੰ ਦਿੱਤਾ ਜਾਵੇ ਨਿਊਜ਼ੀਲੈਂਡ ਪਾਲਿਸੀ ਇੰਨੀ ਵਧੀਆ ਸਟੱਡੀ ਵਰਕ ਸੈਟਲ ਫਿਰ ਵੀ ਜਦ ਦਾ ਵਿਦਆਊਟ ਆਈਲੈਟ ਸ਼ੁਰੂ ਹੋਇਆ ਉਦੋਂ ਦੀ ਮਿਸਗਾਈਡੈਂਸ ਜ਼ਿਆਦਾ ਨਹੀਂ ਸ਼ੁਰੂ ਹੋ ਗਈ ਦੇਖੀਏ ਵਹਾਂ ਤੋਂ ਡੈਫੀਨੇਟਲੀ ਇਤਨਾ ਮਤਲਬ ਇਸਕਾ ਇਸ ਜੋ ਐਡਵਾਂਟੇਜ ਹੋਣੀ ਚਾਹੀਏ ਤੇ ਉਸਕਾ ਡਿਸਐਡਵਾਂਟੇਜ ਇਤਨਾ ਹੁਆ ਸੀ ਜ਼ਿਆਦਾ ਐਸੇ ਬੱਚੇ ਚਲੇ ਗਏ ਜਿਨਕੋ ਇੰਗਲਿਸ਼ ਆਤੀ ਨਹੀਂ ਹੈ ਜੋ ਬੋਲ ਵੀ ਨਹੀਂ ਸਕਤੇ ਔਰ ਵਹੀ ਬੱਚੇ ਉਸ ਕੰਟਰੀ ਕੋ ਖਰਾਬ ਕਰ ਰਹੇ ਹੈ ਕਿਉਂਕਿ ਚਲੇ ਤੋ ਗਏ ਲੈਕਚਰਸ ਇੰਗਲਿਸ਼ ਮੇ ਹੋਣੇ ਹੈ ਇੰਪਲੋਇਰਸ ਇੰਗਲਿਸ਼ ਮੇ ਬਾਤ ਕਰਨੀ ਹੈ ਵੋ ਬੋਲ ਨਹੀਂ ਪਾ ਰਹੇ ਹੈ ਤੋ ਇਸੀ ਕਾਰਨ ਸੇ ਆਜ ਕੀ ਡੇਟ ਮੇ ਥੋੜੀ ਸੀ ਐਮਬੈਸੀ ਸਟ੍ਰਿਕਟ ਵੀ ਹੋਈ ਇਨ ਚੀਜ਼ੋ ਕੋ ਦੇਖ ਕੱਲ ਹੀ ਅਪਡੇਸ਼ਨ ਕਿਤੇ ਪੜ ਰਹੇ ਸੀ ਕਿਸੇ ਕੰਸਲਟੈਂਟ ਨੇ ਮੇਰੇ ਖਿਆਲ ਕੀਤਾ ਹੋਇਆ ਸੀ ਅੱਗੇ ਦੇ ਵੀ ਸ਼ਾਇਦ ਸਪਤੰਬਰ ਜਾਂ ਅਕਤੂਬਰ ਤੋਂ ਬਾਅਦ ਜਿਹੜੇ ਵਿਦਆਊਟ ਆਈਲੈਟਸ ਬੱਚੇ ਹਾਂ ਉਹ ਬੰਦ ਹੋ ਰਿਹਾ ਸਪਤੰਬਰ ਮੇ ਬੰਦ ਹੋ ਰਿਹਾ ਹੈ ਸਪਤੰਬਰ ਮੇ ਵਿਦਆਊਟ ਆਈਲੈਟਸ ਨਹੀਂ ਜਾ ਸਕਤੇ ਤੋ ਅਭੀ ਤੱਕ ਉਹ MOI ਅਭੀ ਚੱਲ ਰਹੇ ਹੈ ਜਾਂ CBSE 60% ਪਲਸ ਵਾਲੇ ਮਾਰਕਸ ਚੱਲ ਰਹੇ ਹੈ ਲੇਕਿਨ ਸਪਤੰਬਰ ਕੇ ਬਾਅਦ ਉਹ ਸਭ ਬੰਦ ਹੋ ਜਾਏਗਾ ਔਰ ਕਹੀਂ ਨਾ ਕਹੀਂ ਇਸਕਾ ਫਾਇਦਾ ਵੀ ਹੈ ਅਮਨ ਜੀ ਅਗਰ ਦੇਖੀਏ ਹਮ ਇੱਕ ਨੋਨ ਇੰਗਲਿਸ਼ ਕੰਟਰੀ ਮੇ ਰਹਿ ਰਹੇ ਹੈ ਇੰਗਲਿਸ਼ ਕੰਟਰੀ ਮੇ ਜਾਣਾ ਹੈ ਇੰਗਲਿਸ਼ ਕੰਟਰੀ ਮੇ ਜਾਣਾ ਔਰ ਉਸਕੇ ਸਾਥ ਵਹਾਂ ਪੇ ਬੱਚੇ ਕੋ ਆਪਣੀ ਐਜੂਕੇਸ਼ਨ ਵੀ ਕੰਪਲੀਟ ਕਰਨੀ ਹੈ ਉਸਕੇ ਬਾਅਦ ਉਹ ਸੈਟਲ ਹੋਣਾ ਚਾਹਤਾ ਤਾਂ ਸੈਟਲ ਵੀ ਹੋ ਸਕਤਾ ਹੈ ਲੇਕਿਨ ਜਸ ਬੱਚੇ ਕੋ ਇੰਗਲਿਸ਼ ਹੀ ਨਹੀਂ ਆਤੀ ਉਹ ਬੱਚਾ ਕਰੇਗਾ ਕਿਆ ਅਗਰ ਇਸ ਤਰ੍ਹਾਂ ਸੇ ਬੱਚੇ ਛਣ ਕੇ ਜਾਏਗੇ ਤਾਂ ਡੈਫੀਨੇਟਲੀ ਆਪਣੇ ਦੇਸ਼ ਕਾ ਵੀ ਨਾਮ ਰੋਸ਼ਨ ਹੋਗਾ ਉਸ ਕੰਟਰੀ ਕਾ ਵੀ ਨਾਮ ਰੋਸ਼ਨ ਹੋਗਾ ਇੰਗਲਿਸ਼ ਮੈਂਡੇਟਰੀ ਹੈ ਫਿਲਟਰ ਹੋਣਾ ਜ਼ਰੂਰੀ ਹੈ ਔਰ ਇੰਗਲਿਸ਼ ਮੈਂਡੇਟਰੀ ਅਗਰ ਇੰਗਲਿਸ਼ ਹੀ ਨਹੀਂ ਆਤੀ ਤਾਂ ਮੈਂ ਸਜੈਸਟ ਨਹੀਂ ਕਰੂੰਗਾ ਕਿ ਬੱਚੇ ਕੋ ਬਾਹਰ ਜਾਣਾ ਚਾਹੀਏ ਪ੍ਰਦੀਪ ਜੀ ਬਹੁਤ ਐਕਸਪੀਰੀਅੰਸ ਹੈ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ ਅਸੀਂ ਵੀ ਜਾਣਦੇ ਹਾਂ ਕਾਫੀ ਦੇਰ ਤੋਂ ਤੁਸੀਂ ਸਰਵਿਸਿਜ਼ ਦਿੱਤੇ ਕਾਫੀ ਬੱਚੇ ਵੀ ਤੁਹਾਡੇ ਕੋਲ ਉੱਥੇ ਗਏ ਹੈ ਇੱਕ ਉਹ ਦੌਰ ਸੀ ਜਦੋਂ ਨਿਊਜ਼ੀਲੈਂਡ ਬੱਚਾ ਜਾਣ ਲਈ 5.5 ਬੈਂਡ ਜ਼ਰੂਰੀ ਹੈ ਨੋਟ ਲੈਸ ਦੈਨ 5 ਉਸ ਤੋਂ ਬਾਅਦ ਵਿਦਆਊਟ ਆਈਲੈਟਸ ਆਇਆ ਇਹਦੇ ਨਾਲ ਕੁਆਲਿਟੀ ਵਧੀ ਕਿ ਸਿਰਫ ਕੁਆਂਟਿਟੀ ਵਧੀ ਜਦੋਂ ਵਿਦਆਊਟ ਆਈਲੈਟਸ ਵਿਦਆਊਟ ਆਈਲੈਟਸ ਤੋਂ ਕੁਆਲਿਟੀ ਤੋਂ ਰਹੀ ਨਹੀਂ ਕੁਆਂਟਿਟੀ ਕੀ ਬਾਤ ਆ ਗਈ ਹੁਆ ਕਿਹਾ ਇਸ ਮੈਂ ਥੋੜਾ ਸਾ ਮੈਂ ਵੀ ਬਤਾਨਾ ਚਾਹੂੰਗਾ ਯਹਾਂ ਪੇ ਜੈਸੇ ਇੱਕਦਮ ਆਸਟ੍ਰੇਲੀਆ ਓਪਨ ਹੁਆ ਆਸਟ੍ਰੇਲੀਆ ਓਪਨ ਹੁਆ ਤੇ ਸਾਰੇ ਕੇ ਸਾਰੇ ਬੱਚੇ ਵਹਾਂ ਜਾਣੇ ਸ਼ੁਰੂ ਹੋ ਗਏ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੀ ਤਰਫ ਸੋਨਾ ਸ਼ੁਰੂ ਹੋ ਗਿਆ ਇਧਰ ਸੇ ਆਪਣਾ ਐਜੂਕੇਸ਼ਨ ਨਿਊਜ਼ੀਲੈਂਡ ਨੇ ਥੋੜਾ ਸਾ ਆਪਣੀ ਪਾਲਿਸੀਜ਼ ਢਿੱਲੀ ਕਰ ਦੀ ਕਿ ਵਿਦਆਊਟ ਆਈਲਸ ਵਿਦਆਊਟ ਆਈਲਸ ਬੋਲਿਆ ਤਾਂ ਵਿਦਆਊਟ ਇੰਗਲਿਸ਼ ਬੋਲਾ ਲੇਕਿਨ ਯਹਾਂ ਕੇ ਜੋ ਏਜੰਟਸ ਉਸਮੇ ਏਜੰਟਸ ਨੇ ਇਸਕਾ ਬੜਾ ਡਿਸਐਡਵਾਂਟੇਜ ਮਤਲਬ ਬੜਾ ਫਾਇਦਾ ਉਠਾਇਆ ਮਤਲਬ ਕੈਨ ਯੂ ਬਲੀਵ ਕਿ ਬਈ ਜਿਸਕੋ ਆਤਾ ਨਹੀਂ ਹੈ ਪੈਕੇਜ ਕਰ ਲਿਆ ਆਪ ਵੀ ਆ ਜਾਓ ਆਪ ਵੀ ਆ ਜਾਓ ਆਪ ਵੀ ਆ ਜਾਓ ਔਰ ਐਮਬੈਸੀਜ਼ ਨੇ ਅਗਰ ਮੰਨ ਲਓ ਇੰਟਰਵਿਊ ਦੇ ਟੈਲੀਫੋਨਿਕਲੀ ਤਾਂ ਵਹਾਂ ਕਿਸੇ ਹੋਰ ਨੇ ਇੰਟਰਵਿਊ ਦੀ ਹੈ ਤਾਂ ਮਤਲਬ ਕਾਫੀ ਐਸੀ ਚੀਜ਼ਾਂ ਹੋਈ ਹੈ ਸਿਸਟਮ ਅਬਿਊਜ਼ ਕੀਤਾ ਗਿਆ ਮਤਲਬ ਅਬਿਊਜ਼ ਕੀਤਾ ਗਿਆ ਉਹ ਤਾਂ ਉਸੇ ਦਾ ਕਹੀਂ ਨਾ ਕਹੀਂ ਖਾਮਿਆਜ਼ ਹੈ ਅੱਛੇ ਕੰਸਲਟੈਂਟਸ ਔਰ ਅੱਛੇ ਸਟੂਡੈਂਟਸ ਭੁਗਤ ਰਹੇ ਹੈ ਤੁਹਾਡਾ ਚੰਡੀਗੜ੍ਹ ਆਫਿਸ ਵੀ ਹੈ ਤੁਸੀਂ ਖੁਦ ਆਈਲਟਸ ਵੀ ਕਰਾਉਂਦੇ ਹੋ ਜਿਹਦੇ ਤੁਹਾਡੀ ਹਰ ਜਿਹੜੇ ਇੰਸਟੀਟਿਊਸ਼ਨਸ ਨੇ ਉੱਥੇ ਆਈਲਟਸ ਦੀ ਸਰਵਿਸ ਵੀ ਦਿੱਤੀ ਜਾਂਦੀ ਹੈ ਬੱਚਾ ਆਈਲਟਸ ਨਹੀਂ ਕਰਨਾ ਚਾਹੁੰਦਾ ਡਰਦਾ ਆਈਲਟਸ ਕਰਨ ਤੋਂ ਤਾਂ ਵਿਦਆਊਟ ਆਈਲਟਸ ਜਾਣਾ ਚਾਹ ਰਿਹਾ ਜਾਂ ਰੀਜ਼ਨ ਕੀ ਹੈ ਪਿੱਛੇ ਕਿ ਉਹਨੂੰ ਸਿਰਫ ਕੰਸਲਟੈਂਟ ਕਹਿੰਦਾ ਲੋੜ ਹੀ ਨਹੀਂ ਤੂੰ ਇੱਦਾਂ ਹੀ ਲਾ ਲੈ ਦੇਖੋ ਬੱਚੇ ਸ਼ੋਰਟਕਟ ਮਾਰਨਾ ਚਾਹਤੇ ਹੈ ਪਹਿਲੀ ਬਾਤ ਤੋਂ ਸਾਰੇ ਕੇ ਸਾਰੇ ਐਸੇ ਨਹੀਂ ਹੈ ਲੇਕਿਨ ਕੁਛ ਸਟੂਡੈਂਟਸ ਹੈ ਜੋ ਸ਼ੋਰਟਕਟ ਮਾਰਨਾ ਚਾਹਤੇ ਹੈ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰ ਲੈਤੇ ਹੈ ਬੱਚੇ ਇਹ ਨਹੀਂ ਮੰਨਦੇ ਭਾਈ ਤੇਰਾ ਮੇਨ ਪਰਪਸ ਤੋਂ ਪੜ੍ਹਾਈ ਹੈ ਪੜ੍ਹਾਈ ਕਰੇਗਾ ਤਭੀ ਤੋ ਸੈਟਲ ਹੋਗਾ ਵੀਜ਼ਾ ਵੀ ਪੜ੍ਹਾਈ ਕਰਕੇ ਮਿਲਣਾ ਹਾਂ ਤਭੀ ਤੋ ਕਿਉਂਕਿ ਇੱਕ ਬੱਚਾ ਮੈਂ ਇੱਕ ਚੀਜ਼ ਆਪਣੇ 8-10 ਸਾਲ ਕੇ ਕਰੀਅਰ ਮੇ ਇੱਕ ਚੀਜ਼ ਦੇਖੀ ਅਮਨ ਜੀ ਜਿਸ ਬੱਚੇ ਨੇ ਆਪਣੀ ਪੜ੍ਹਾਈ ਕੰਪਲੀਟ ਕੀ ਹੈ ਨਾ ਚਾਹੇ ਉਹ ਸ਼ੋਰਟੇਜ ਸਕਿੱਲ ਮੇ ਕੋਰਸ ਥਾ ਜਾਂ ਨਹੀਂ ਥਾ ਮਤਲਬ ਜਿਸ ਮੇ ਪੀਆਰ ਨਹੀਂ ਆਨੀ ਉਸਮੇ ਵੀ ਬੱਚੇ ਕੀ ਪੀਆਰ ਆਈ ਕਿਉਂਕਿ ਜੋ ਬੱਚਾ ਐਜੂਕੇਸ਼ਨ ਕੰਪਲੀਟ ਕਰੇਗਾ ਨਾ ਉਸਕੋ ਕਹੀਂ ਨਾ ਕਹੀਂ ਉਸਕਾ ਨੌਲੇਜ ਇਨਹਾਂਸ ਹੋਗਾ ਔਰ ਨੌਲੇਜ ਉਸਕਾ ਬੜੇਗਾ ਤਾਂ ਕਹੀਂ ਨਾ ਕਹੀਂ ਉਸਕੋ ਅਪਰਚੁਨਿਟੀ ਮਿਲੇਗੀ ਔਰ ਉਹ ਬੱਚਾ ਕੈਰੀਅਰ ਬਣਾਏਗਾ ਤੋ ਐਸੇ ਬੱਚੇ ਕਾਫੀ ਹੈ ਜੋ ਸ਼ੋਰਟਕਟ ਮਾਰਨਾ ਚਾਹਤੇ ਹੈ ਲੇਕਿਨ ਉਹ ਕਹੀਂ ਨਾ ਕਹੀਂ ਧੀਰੇ ਧੀਰੇ ਉਹ ਦਰਵਾਜ਼ੇ ਬੰਦ ਹੁੰਦੇ ਜਾ ਰਹੇ ਹੈ ਅੱਜ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਸਮਾਂ ਸੀ ਤੁਹਾਡੇ ਲਈ ਵੱਧ ਤੋਂ ਵੱਧ
ਨਾਲ ਇਨਫੋਰਮੇਸ਼ਨ ਤੁਹਾਡੀ ਬੇਸਿਕਸ ਬੇਸ ਤੋਂ ਸ਼ੁਰੂ ਹੋ ਕੇ ਆਪਾਂ ਤੁਹਾਡੇ ਤੱਕ ਰੱਖੀਏ, ਕਿਉਂਕਿ ਜਦੋਂ ਆਇਲਟਸ ਦੇ ਟੀਚਰ ਦੀ ਗੱਲ ਆਉਂਦੀ ਹੈ, ਆਇਲਟਸ ਇੰਸਟੀਚਿਊਟ ਦੀ ਆਉਂਦੀ ਹੈ, ਉੱਥੇ ਗਲਤੀਆਂ ਹੁੰਦੀਆਂ ਨੇ ਜਿਹਦੇ ਕਰਕੇ ਬੱਚਾ ਪੜ੍ਹ ਨਹੀਂ ਪਾਉਂਦਾ, ਜਾਂ ਸਹੀ ਜਦੋਂ ਅਸ਼ੋਰਟੀ ਜਾਂ ਗਰੰਟੀ ਦੇ ਵਿੱਚ ਫਸ ਜਾਂਦਾ ਤਾਂ ਉੱਥੇ ਬੱਚਾ ਕਾਫੀ ਉਹਨਾਂ ਦੀ ਬਿਜ਼ਨਸ ਸਟ੍ਰੈਟਜੀ ਹੈ ਕਨਵਿੰਸ ਹੋ ਕੇ ਆਪਣਾ ਫਿਊਚਰ ਖਰਾਬ ਕਰ ਲੈਂਦਾ, ਸਹੀ ਬੈਂਡਸ ਨਹੀਂ ਲੈ ਪਾਉਂਦਾ। ਸਹੀ ਚੋਣ ਕਿਵੇਂ ਕਰਨੀ ਹੈ ਉਹ ਤੁਹਾਨੂੰ ਦੱਸਿਆ ਗਿਆ, ਕੰਸਲਟੈਂਟ ਦੀ ਸਹੀ ਚੋਣ ਕਿਵੇਂ ਕਰਨੀ ਹੈ ਉਹਦੇ ਲਈ ਤੁਹਾਨੂੰ ਸਵਾਲ ਆਪ ਕਰਨੇ ਪੈਣੇ ਨੇ, ਅਵੇਅਰਨੈਸ ਲੈਣੀ ਪੈਣੀ ਹੈ। ਪ੍ਰਦੀਪ ਜੀ ਨੇ ਵੀ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕੀਤਾ, ਆਪਣੀ ਕੰਪਨੀ ਦੀ ਪਾਲਿਸੀਜ਼ ਤੁਹਾਡੇ ਤੱਕ ਦੱਸੀਆਂ ਨੇ। ਕੋਈ ਵੀ ਮਨ ਦੇ ਵਿੱਚ ਸਵਾਲ ਨਿਊਜ਼ੀਲੈਂਡ ਨੂੰ ਲੈ ਕੇ ਜਾਂ ਆਇਲਟਸ ਨੂੰ ਲੈ ਕੇ ਹੈਗਾ, ਤਾਂ ਇਹਨਾਂ ਦੇ ਆਫਿਸ 17 ਚੰਡੀਗੜ੍ਹ ਵਿੱਚ ਵੀ ਹੈ, ਅੰਬਾਲਾ ਕੁਰਕਸ਼ੇਤਰ ਅਤੇ ਪਾਣੀਪਤ ਦੇ ਵਿੱਚ ਵੀ ਹੈ, ਤੁਸੀਂ ਉੱਥੇ ਜਾ ਕੇ ਵੀ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸੋ ਅੱਜ ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ ਜੀ, ਪਹਿਲੇ ਪ੍ਰਦੀਪ ਜੀ ਤੋਂ ਇਜਾਜ਼ਤ ਲੈ ਲਈਏ, ਧੰਨਵਾਦ ਕਰ ਦਈਏ, ਅਤੇ ਬਟ ਨੈਕਸਟ ਸ਼ੋਅ ਦੇ ਵਿੱਚ ਜਦੋਂ ਵੀ ਸਾਡੇ ਨਾਲ ਜੁੜਨਗੇ ਹੋਰ ਵੀ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਅੱਗੇ ਆਉਣ ਦੀ ਕੋਸ਼ਿਸ਼ ਕਰਾਂਗੇ। ਪ੍ਰਦੀਪ ਜੀ ਅੱਜ ਦੇ ਸ਼ੋਅ ਦੇ ਵਿੱਚ ਆਉਣ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ, ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ, ਟੈਕਨੀਕਲ ਟੀਮ ਦਾ। ਅੱਜ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਕੱਲ੍ਹ ਮੁੜ ਪ੍ਰਸਾਰਿਤ ਕਰਾਂਗੇ ਰਿਪੀਟ ਟਾਈਮ 'ਤੇ। ਉਨ੍ਹੀ ਦੇ ਲਈ ਆਪਣੇ ਦੋਸਤ ਸਮਨ ਜੀ ਜੀ ਆਦਰ, ਸਤਿ ਸ਼੍ਰੀ ਅਕਾਲ।